चार महीने पहला विदेश गए नौजवान दी अरमानिया छोई मौत, परिवार ने मृतक दे भारत लियाउण दी सरकार नूं कीती अपील। हुशियारपुर दे दसूहा दीन पैंदे पिंड कोगरा हलेड़ दे नौजवान अजय कुमार 23 साला जो के चार महीने पहला ही अपना भविख बनाउण लई अरमानिया गया सी, दी बीमारी कारण मौत हो गई। इस खबर नाल पूरे पिंड विच सोग दी लहर फैल गई है। मृतक अजय दे पिता सुरजीत सिंह ने दस्या कि ओह बहुत ही गरीब हन अते अजय ही उन्हां दा इकलौता सहारा सी। चार महीने पहला कर्जा लेके विदेश भेज दिता ते कुछ दिनों बाद जदो फोन ते गल हुई ता अजय ने दस्या कि उसनू बुखार है। दिन ब दिन उसकी तबीयत बिगड़ती गई अते कल किसे ने फोन करके दस्या कि मेरे लड़की अजय दी मौत हो गई। सुरजीत सिंह ने दस्या कि मैं बहुत गरीब हाँ अते अजय मेरे घर का इकलौता कमाउण वाला व्यक्ति सी। परिवार ने केंद्र सरकार अते पंजाब सरकार तो मंग की है कि उन्होंने पुत्र की मृतक देह नूं भारत लियाउण लई उन्हां दी मदद की जाए ਤਾਂ ਜੋ ਉਹ ਆਪਣੇ ਪੁੱਤਰ ਦਾ ਚਿਹਰਾ ਆਖਰੀ ਵਾਰ ਵੇਖ ਸਕਣ। ਭਾਈ ਕੀ ਨਾਮ ਤੁਹਾਡਾ? ਸੁਰਜੀਤ ਸਿੰਘ। ਸੁਰਜੀਤ ਸਿੰਘ ਜੀ, ਬੇਟੇ ਦਾ ਕੀ ਨਾਮ ਸੀ? ਅਜੇ ਕੁਮਾਰ। ਕਦੋਂ ਗਿਆ ਸੀ ਬਾਹਰ? 15 ਅਗਸਤ ਨੂੰ। ਤੇ ਕਿੰਨੇ ਮਹੀਨੇ ਹੋ ਗਏ ਸੀ ਉੱਥੇ ਬਾਹਰ ਉਹਨੂੰ? 4 ਮਹੀਨੇ ਹੋ ਗਏ। ਕਿਹੜੇ ਦੇਸ਼ 'ਚ ਭੇਜਿਆ ਸੀ? ਅਰਮੀਨੀਆ। ਕੀ ਕਾਰਨ ਹੋਇਆ ਉੱਥੇ ਉਹਦੀ ਮੌਤ ਦਾ? ਉੱਥੇ ਬਿਮਾਰ ਹੋਇਆ ਜਾ ਕੇ ਤੇ ਖਤਮ ਹੋ ਗਏ। ਤੁਸੀਂ ਕੀ ਕੰਮ ਕਰਦੇ ਹੋ? ਦਿਹਾੜੀ ਕਰ। ਘਰ 'ਚ ਕਮਾਉਣ ਵਾਲਾ ਹੋਰ ਕੌਣ ਹੈ? ਹੋਰ ਕੋਈ ਨਹੀਂ, ਮੈਂ ਇਕੱਲਾ ਹੀ। ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ? ਪੰਜਾਬ ਸਰਕਾਰ ਤੋਂ ਵੀ ਬੱਚਾ ਆ ਜਾਏ ਘਰ, ਅਸੀਂ ਵੀ ਉਹਦਾ ਮੂੰਹ ਦੇਖ ਲਈਏ। ਤੁਹਾਡਾ? ਮੇਰਾ ਨਾਮ ਹੈਗਾ ਜੀ ਸੰਦੀਪ ਸਿੰਘ। ਸੰਦੀਪ ਸਿੰਘ ਜੀ, ਕੀ ਲੱਗਦੇ ਹੋ ਤੁਸੀਂ? ਮੇਰਾ ਬ੍ਰਦਰ ਆ ਜੀ ਅਜੇ ਕੁਮਾਰ, ਉਹਨਾਂ ਦੀ ਡੈਥ ਹੋ ਗਈ, ਬਾਹਰ ਗਏ ਸੀ ਅਰਮੀਨੀਆ, ਉਹ ਇਕੱਲੇ ਕਮਾਉਣ ਵਾਲੇ ਸੀ ਘਰ ਵਿੱਚੋਂ, ਅਤੇ ਉਹਨਾਂ ਦੀ ਉੱਥੇ ਬਿਮਾਰ ਹੋਏ, ਉਹਨਾਂ ਦੀ ਡੈਥ ਹੋ ਗਈ। ਅਸੀਂ ਹੁਣ ਸਰਕਾਰ ਕੋਲੋਂ ਇਹ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਜਲਦੀ ਜਲਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਇੰਡੀਆ ਕੋਲ ਸਾਡੇ ਕੋਲ ਪਹੁੰਚਾਈ ਜਾਵੇ। ਸਾਡੇ 'ਚ ਇੰਨੀ ਗੁੰਜਾਇਸ਼ ਨਹੀਂ, ਅਸੀਂ ਗਰੀਬ ਮਹਾਤੜ ਬੰਦੇ ਹਾਂ ਕਿ ਜਿਹੜਾ ਅਸੀਂ ਉਹਨੂੰ ਪੈਸਾ ਲਾ ਕੇ ਮੰਗਾਈਏ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਜਲਦੀ ਜਲਦੀ ਇੰਡੀਆ ਆਏ। ਉਹਦੀ ਮਦਰ ਨੂੰ ਇਹ ਤਾਂ ਦੱਸਿਆ ਤੁਸੀਂ? ਉਹਨਾਂ ਦੀ ਮਦਰ ਨੂੰ ਨਹੀਂ ਜੀ ਪਤਾ, ਉਹਨਾਂ ਦੇ ਫਾਦਰ ਸਾਹਿਬ ਨੂੰ ਮਾੜਾ ਜਿਹਾ ਪਤਾ ਸੀ, ਘਰ ਨਹੀਂ ਅਜੇ ਕੋਈ ਗੱਲ ਕੀਤੀ। ਘਰਦੇ ਹਾਲਾਤ ਕਿਸ ਤਰ੍ਹਾਂ? ਘਰ ਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਜੀ, ਬਹੁਤ ਗਰੀਬੀ ਆ। ਆਪਣੇ ਜਿਹੜਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਉਹ ਚਲਾਉਂਦੇ ਆ। ਪੈਸੇ ਚੱਕ ਕੇ ਉਹਨਾਂ ਨੇ ਮੁੰਡਾ ਭੇਜਿਆ ਸੀਗਾ, ਅਸੀਂ ਸੋਚਿਆ ਸੀ ਚਲੋ ਜਾਊਗਾ ਕਮਾਊਗਾ ਉਹ ਜਾ। ਕਿੰਨੇ ਮਹੀਨੇ ਹੋ ਗਏ ਸੀ ਉਹਨੂੰ ਗਏ? 4 ਮਹੀਨੇ ਹੋ ਗਏ ਜੀ। ਕੁਲਦੀਪ ਸਿੰਘ ਜੀ, ਤੁਹਾਡੇ ਜਿਹੜੇ ਪਿੰਡ ਦੇ ਇੱਕ ਨੌਜਵਾਨ ਅਜੇ ਕੁਮਾਰ ਦੀ ਜੀ ਸਰ ਮੌਤ ਹੋਈ ਹੈ ਅਰਮੀਨੀਆ 'ਚ ਜੀ ਸਰ, ਕੀ ਮਾਮਲਾ ਹੈ? ਮਾਮਲਾ ਇਹ ਜੀ, ਦਿਹਾੜੀਦਾਰ ਬੰਦਾ ਸੁਰਜੀਤ ਕੁਮਾਰ, ਉਹਦਾ ਡੈਡੀ ਦਾ ਨਾਂ ਜੀ, ਉਹ ਮੁੰਡੇ ਦਾ ਨਾਂ ਅਜੇ ਕੁਮਾਰ ਹੈ ਜੀ। ਪਹਿਲਾਂ ਲੜਕਾ ਇੱਕ ਸੀਗਾ, ਉਹ ਭਰਤੀ ਹੋ ਗਿਆ ਸੀ ਕਰੋਨਾ ਕਾਰਨ, ਉਹ ਵੀ ਭਰਤੀ ਨਹੀਂ ਹੋ ਸਕਿਆ ਸਰਕਾਰਾਂ ਦੀ ਵਜ੍ਹਾ ਨਾਲ। ਅਤੇ ਇਹ ਬੱਚਾ ਬੇਟਾ ਆਪਣਾ ਕਰਜ਼ਾ ਚੱਕ ਕੇ ਵਿਚਾਰੇ ਆਪਣੇ ਭੇਜਿਆ ਹਰਮੀਨੀਆ, ਉੱਥੇ ਜਾ ਕੇ 15-20 ਦਿਨ ਕੰਮ ਕੀਤਾ, ਉਹਦੇ ਬਾਅਦ ਉਹ ਬਿਮਾਰ ਹੋ ਗਿਆ, ਐਡਮਿਟ ਰਿਹਾ, ਗੱਲਬਾਤ ਕਰਦੇ ਰਹੇ। ਕੱਲ੍ਹ 2 ਦਿਨ ਪਹਿਲੇ ਉਹਨਾਂ ਦੀ ਡੈੱਥ ਹੋ ਗਈ ਬੱਚੇ ਦੀ। ਆਪਾਂ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਤੋਂ ਮਦਦ ਵਕੀਲ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਲਿਆਂਦੀ ਜਾਵੇ ਤਾਂ ਕਿ ਉਹਨਾਂ ਦਾ ਪਰਿਵਾਰ ਉਸਦਾ ਮੂੰਹ ਦੇਖ ਸਕੇ ਕਿ ਉਹ ਇੰਨੇ ਕਰਜ਼ਾ ਚੱਕ ਕੇ ਦਿਹਾੜੀਦਾਰ ਬੰਦੇ ਆ, ਬਹੁਤ ਮੁਸ਼ਕਿਲ ਆ। ਅਤੇ ਇਸ ਕਰਕੇ ਆਪਾਂ ਇਹੀ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਡੀ ਜਿੰਨੀ ਵੀ ਸਾਡੀ ਮਦਦ ਕਰੇ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਕਿ ਸਾਡੇ ਬੱਚੇ ਦੀ ਜੋ ਡੈੱਡ ਬੋਡੀ ਆ ਪਿੰਡ ਪਹੁੰਚਾਈ ਜਾਵੇ, ਉਹਨਾਂ ਦਾ ਪਰਿਵਾਰ ਜੋ ਬੱਚੇ ਦਾ ਆਖਰੀ ਮੂੰਹ ਦੇਖ ਸਕੇ ਜੀ।